स्वागत है किसान वीरों तुहाडा अपने यूट्यूब चैनल ढिल्लो डेयरी फार्म बरनाला दे विच। सो जिहड़े किसान वीर अपने इस चैनल दे वीडियो पहली बार देख रहे हैं उन्हां नूं रिक्वेस्ट आ कि अपने यूट्यूब चैनल जो सबसक्राइब कर लियो। सो किसी भी वीर ने इदां दी हड़ करवाउणी होवे तां अपना नंबर है 8427-19817। सो अज दी वीडियो विच इक झोटी गब्बण ते इक वैड दो नग सेल आ डिटेल वीर तों पुछदे आ। सति श्री अकाल भाई। सति श्री अकाल जी। हाँ जी वीरे, नाम एड्रैस दस्सो अपना। नाम पिंदर जाय जी, पिंड भदौड़ जी। ਤੇ ਜ਼ਿਲ੍ਹਾ ਬਰਨਾਲਾ। ਠੀਕ ਹੈ, ਜ਼ਿਲ੍ਹਾ ਬਰਨਾਲਾ ਪੈ ਗਿਆ। ਮੋਬਾਈਲ ਨੰਬਰ ਆਪਣਾ ਜੀ 94174-4247-4247। ਜਿਹੜੇ ਆਪਾਂ ਪਹਿਲੇ ਨੰਬਰ ਤੇ ਪਲੂਣ ਕੱਟੀ ਦੇਖਦੇ ਪਏ ਆ ਤੇ ਕੈਕ ਦਾ ਲੈਂਦੇ ਆ ਸਮੂਚਾ ਜੀ 20 ਤਰੀਕ ਹੁੰਦੇ ਨੇ ਪੂਰੇ ਜੀ ਘਰ ਦੀ ਪਾਲੀ ਪਿਆ। ਹਾਂਜੀ ਆਪਣੀ ਘਰ ਦੀ ਪਾਲੀ। ਕਿਹੜੇ ਸਾਹ ਦੀ ਇਹ? ਐ ਨਹੀਂ ਜੀ, ਟੀਕਾ ਭਰਾਇਆ ਵਾ। ਟੀਕਾ ਭਰਾਇਆ ਵਾ ਜੀ। ਨਹੀਂ ਆਪ ਪਤਾ ਨਹੀਂ ਕਿਹੜੇ ਸਾਹ ਦੀ ਇਹ? ਨਾ ਨਹੀਂ ਪਤਾ। ਤੇ ਹੁਣ ਕਿਹੜਾ ਟੀਕਾ ਲਵਾਇਆ ਇਹਦੇ? ਹੁਣ ਮਣੀ ਜੀ ਪਤਾ। ਠੀਕ ਹੈ। ਤੇ ਇਹਦੇ ਰਿਕਾਰਡ ਵਗੈਰਾ ਮਾਂ ਦਾ ਕੁਝ ਪਤਾ? ਇਹਦੀ ਮਾਂ ਦਾ ਹੀ 14 ਕਿਲੋ ਦੁੱਧ ਸੀਗਾ। ਤੇ ਦਿਨ ਕਿਹ ਕਿ ਲੈਂਦੀ ਆ? ਦਿਨ ਬਸ ਜੀ ਅੱਜ ਮੰਨ ਕੇ ਚਲੋ 9 ਤਰੀਕ ਅੱਜ। ਠੀਕ ਹੈ। ਤੇ 20 ਤਰੀਕ ਨੂੰ ਦਿਨ ਪੂਰੇ ਆ, 10 ਦਿਨ ਬਾਕੀ ਆ। 10 ਦਿਨ ਬਾਕੀ ਪਿਆ ਸੀ, 11 ਦਿਨ ਪਿਆ ਬਾਕੀ। ਤੇ ਅੰਦਾਜ਼ਾ ਇਹ ਲਾਈਏ ਆਪਾਂ ਵੀ ਦੁੱਧ ਕਿੰਨਾ ਕੁ ਦੇ ਸਕਦੀ ਹੈ? ਦੁੱਧ ਦੇਖ ਲਓ ਜੀ, ਮੰਨ ਕੇ ਚਲੋ ਆ ਦੇਖੋ ਤੁਸੀਂ। ਠੀਕ ਹੈ, 10 ਕਿਲੋ ਦਾ ਦੇਊਂਗੀ ਜੀ। ਠੀਕ ਹੈ, 10 ਕਿਲੋ ਦੁੱਧ ਤੇ ਬਾਕੀ ਕੁਆਲਿਟੀ ਕੁਆਲਿਟੀ ਬਹੁਤ ਆਣਾ ਝੋਟੀ ਚ। ਆ ਦੇਖੋ ਦੋ ਕੱਟੀ ਆ ਨਾ। ਠੀਕ ਹੈ। ਸੋ ਆਪਾਂ ਨੂੰ ਪਤਾ ਵੀ ਮੰਨ ਕੇ ਚਲੋ ਪਰੂਣ ਮਹੀਨਾ ਲੱਗ ਜਾਂਦਾ ਚਵਾਈ ਚੂਈ ਕਰਨ ਤੇ, ਹਨਾ। ਇਹਦਾ ਮੁੱਲ ਆਪਾਂ ਕੀ ਰੱਖਿਆ? ਇਹਦਾ ਮੁੱਲ ਨਹੀਂ ਜੀ, ਲੈਣ ਜਾਣ 1.5 ਲੱਖ ਰੁਪਏ ਜੀ। ਉਦੋਂ ਘੱਟ ਦੇਣੀ ਨਹੀਂ? ਨਾ ਨਾ, ਤੋਰੀ ਫਿਰ ਬਾਹਰ ਨੂੰ। ਸੋ ਵੀਰ, ਮੁੱਲ ਇਹਦਾ ਹੈਗਾ 1.5 ਲੱਖ ਰੁਪਏ ਦੁੱਧ। ਕਹਿੰਦੇ 10 ਤੇ 11 ਕਿਲੋ ਦੁੱਧ ਦਊਗੀ। ਤੇ ਸਿੰਘ ਮੂੰਹ ਮੱਥਾ ਚੰਗਾ, ਬਿਊਟੀ ਬਹੁਤ ਜ਼ਿਆਦੇ ਆ, ਬਿਊਟੀ ਦਾ ਭਾਅ ਇਹਦਾ। ਸੋ ਦੇਖੋ ਸਿੰਘ ਮੂੰਹ ਮੱਥਾ ਬਿਲਕੁਲ ਕੋਕਾ ਸਿੰਘ ਆ, ਤੇ ਰਾਜੀ ਬਹੁਤ ਆ, ਪਲੀ ਪੁਲੀ ਬਹੁਤ ਆ। 11 ਦਿਨਾਂ 'ਚ ਪੈਂਡਿੰਗ ਪਿਆ ਸੂਨ ਦੇ ਵਿੱਚ, ਲਗਭਗ 1-2 ਦਿਨ ਉੱਪਰ ਥੱਲੇ ਵੀ ਲੈ ਸਕਦੀ ਆ। 1.5 ਲੱਖ ਹੀ ਮੁੱਲ ਆ, ਮਾੜਾ ਹੀ ਮੋਟੀ ਛੋਟ ਸੱਪਾ ਹੋਊਗਾ, ਨਹੀਂ ਵੀ ਕਿਤੇ ਕਹਿੰਦੇ ਵੇਚਣੀ ਨਹੀਂ। ਤੇ ਥਣ ਥੁਣ ਦੇਖੋ ਸਾਫ਼ ਸੁਥਰਾ, ਪਲੀ ਪੁਲੀ ਦੇਖੋ ਬਹੁਤ ਵਧੀਆ ਚੰਗੀ। ਸੋ ਦੇਖੋ ਬਿਊਟੀ ਬਹੁਤ ਜ਼ਿਆਦਾ, ਬਿਊਟੀ ਦਾ ਭਾਅ ਇਹਦਾ। ਅਤੇ 1.5 ਲੱਖ ਰੁਪਏ ਹੈਗੇ ਕੀਮਤ। ਸੋ ਥਣਾਂ 'ਚ ਵਿੱਥੀ ਚੰਗੀ ਆ, ਗੈਪ ਤੋਰਾ ਵਗੈਰਾ ਬਹੁਤ ਚੰਗਾ, ਅਤੇ ਸਾਫ਼ ਸੁਥਰੀ ਸੰਭਾਈ ਵਗੈਰਾ ਅਤੇ ਕੇਅਰ ਵਗੈਰਾ ਵੀ ਬਹੁਤ ਚੰਗੀ ਹੋਈ ਵੀ ਆ, ਅਤੇ ਹੈ ਸਾਫ਼ ਸੁਥਰੀ, ਖੁੱਲ੍ਹੇ ਅੰਗਾਂ ਪੈਰਾਂ 'ਚ। ਸੋ ਫੇਸ ਕੁਆਲਿਟੀ ਉਹ ਘਰ ਫੇਰ ਦੇ ਸਕਦੇ ਹੋ, ਬਿਲਕੁਲ ਜਿਵੇਂ ਪੈੜਕਾਂ 'ਤੇ ਫੋਟੋ ਲੱਗੀ ਹੁੰਦੀ ਆ ਉਸ ਹਿਸਾਬ ਦੀ ਮੂਰਤ ਵਰਗੀ ਝੋਟੀ ਆ ਜਮਾ। ਅਤੇ ਸਿੰਘ ਵਗੈਰਾ ਮੈਂ ਕਿਹਾ ਬਣੇ ਵੀ ਨਹੀਂ ਹੋਣੇ ਨਾ ਹਲੇ, ਜਮਾ ਰਹੀ ਨਾਲ ਸਿੰਘ ਬਾ। ਠੀਕ ਆ, ਬਣ ਲਾ ਇਹਨੂੰ। ਅਤੇ ਫਿਰ ਦੂਜੇ ਨੰਬਰ ਜਿਹੜੀ ਵੈੜ ਦੇਖੀ ਜਾਂਦੇ ਆਪਾਂ, ਕਿਹੜਾ ਸੂਆ ਸੁਣਦੀ? ਪਹਿਲੇ ਸੂਆ ਆਪਣੇ ਕੋਲ ਹੀ ਸੀ। ਠੀਕ ਹੈ, ਕੈਕ ਦਾ ਲੈਂਦੇ ਸੂਣ ਚੋਣੇ, ਲਗਭਗ ਇਕੱਠੀਆਂ ਸੁਣਗੀਆਂ। ਇਹ ਤੋਂ ਦੁੱਧ ਦਾ ਕੀ ਅੰਦਾਜ਼ਾ ਸੀ ਪਿਛਲੇ ਸੂਏ? 24 ਕਿਲੋ ਦੁੱਧ ਇਸ ਵਾਰ ਐਸ ਵਾਰ ਤਾਂ ਜੀ 32-33 ਕਿਲੋ ਦੁੱਧ ਕੱਢੂਗੀ ਮੰਨ ਕੇ ਚੱਲੇ, ਵੀ 30 ਦੇ ਲਵੇ ਲਾਉਣ ਵਾਲੀ ਹੈਗੀ ਆ। ਹਾਂ ਜੀ, ਹਾਂ ਆਰਾਮ ਨਾਲ, ਮੌਸਮ ਦੇ ਹਿਸਾਬ ਨਾਲ, ਕਿ ਮੌਸਮ ਠੀਕ ਹੈ। ਅਤੇ ਬਾਕੀ ਥਣ 'ਚ ਆਏ ਆਪਾਂ, ਮਸ਼ੀਨੀ ਚਵਾਈ ਕਰਦੇ ਹਾਂ ਜਾਂ ਹੱਥੀ ਕਰਦੇ ਹਾਂ? ਆਪਾਂ ਹੱਥੀ ਵੀ ਮਸ਼ੀਨ 'ਤੇ ਵੀ ਲੱਗੂਗੀ। ਠੀਕ ਹੈ। ਅਤੇ ਆਹ ਥੋੜ੍ਹਾ ਮੱਲਾ ਮੌਕਾ ਜਿਹਾ ਕੀ ਇਹਦੇ? ਮੌਕਾ ਹੋਇਆ ਬਾਈ, ਮੌਕਾ। ਠੀਕ ਹੱਥ ਪਾ ਕੇ ਲਗਾ ਦੇ ਕੇ ਜਮਾ ਜੀ। ਠੀਕ ਹੈ, ਕੋਈ ਤਕਲੀਫ ਵਗੈਰਾ ਨਹੀਂ ਹੋਣੀ। ਅਤੇ ਇਹਦਾ ਭਾਅ ਕੀ ਆ? ਇਹਦਾ ਲੈਣ ਦੇਣਾ ਜੀ 1-20 ਆ ਧੋਰੀ ਬਾਹਰ ਨੂੰ। ਸੋ ਵੀਰੋ, ਬੈਡ ਦਾ ਮੁੱਲ ਹੈਗਾ 1,20,000 ਰੁਪਇਆ। 30 ਤੋਂ ਆਰ ਪਾਰ ਦੁੱਧ ਪਾ ਸਕਦੀ ਹੈ। ਪਹਿਲੇ ਸੂਏ 24 ਕਿਲੋ ਦੁੱਧ ਇਹਦਾ ਚੋਇਆ ਹੋਇਆ, ਅਤੇ 11 ਦਿਨ ਹੀ ਇਹਦੇ ਪੈਂਡਿੰਗ ਪਿਆ ਸੂਨ ਦੇ ਵਿੱਚ। ਸੋ ਫੇਸ ਕੁਆਲਿਟੀ ਵਗੈਰਾ ਦੇਖੋ, ਚੰਗੀ ਸਾਫ਼ ਸੁਥਰੀ, ਰਾਜ ਰੂਜੀ ਬਹੁਤ ਆ, ਜੁਆਲੇਵਾ ਵਗੈਰਾ ਦੇਖ ਸਕੋ। 1,20,000 ਰੁਪਏ ਇਹਦੀ ਹੈਗੀ ਕੀਮਤ। ਬਾਕੀ ਥਣਾਂ 'ਚ ਸਪੇਸ ਦੇਖ ਸਕਦੇ ਹੋ, ਬਾਕੀ ਹੋਰ ਵੀ ਬੈੜਾ ਵੀਰਾਂ ਦੇ ਚੰਗੇ ਰੱਖੇ ਨਾਲ ਦੁੱਧ ਪਾਉਂਦੇ ਆ, ਅਤੇ ਨਾਲ ਜਦੋਂ ਮੰਨ ਕੇ ਚੱਲੋ ਵੀ 2-4 ਪਸ਼ੂ ਜ਼ਿਆਦਾ ਰਲ ਜਾਂਦੇ ਆ, ਅਤੇ 1-2 ਵਿੱਚੋਂ ਸੇਲ ਕਰ ਦਿੰਦੇ ਆ। ਅਤੇ ਬਾਈ ਜੀ, ਐਡਰੈਸ ਦੁਆਰੇ ਬੋਲ ਦਿਓ ਆਪਣਾ। ਪਿੰਡ ਭਦੌੜ ਆਪਣਾ, ਕੋਠੇ ਬਾਬਾ ਮਲਕੀਤ ਸਿੰਘ ਦੇ, ਜ਼ਿਲ੍ਹਾ ਬਰਨਾਲਾ ਪੈ ਗਿਆ। ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਬੋਲੇ 94174-4247-4247। ਸੋ ਦੋਨਾਂ ਨਗਾਂ 'ਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ, ਇਸ ਨੰਬਰ 'ਤੇ ਕਨੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲ ਜਾਏਗਾ ਕਿਸੇ